ਉਧਰ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਚ ਇੱਕ ਹਾਦਸਾ ਵਾਪਰ ਗਿਆ। ਲੰਗਰ ਦੇ ਕੜਾਹੇ ਦੇ ਵਿੱਚ ਇੱਕ ਸੇਵਾਦਾਰ ਡਿੱਗਿਆ, ਦਾਲ ਦੇ ਕੜਾਹੇ ਦੇ ਵਿੱਚ ਇਹ ਸੇਵਾਦਾਰ ਡਿੱਗਿਆ ਅਤੇ ਇਸ ਦੇ ਸਰੀਰ ਦਾ ਜ਼ਿਆਦਾਤਰ ਹਿੱਸਾ ਸੜ ਗਿਆ। ਜਦੋਂ ਇਹ ਹਾਦਸਾ ਵਾਪਰਿਆ ਤਾਂ ਤੁਰੰਤ ਇਸ ਸੇਵਾਦਾਰ ਨੂੰ ਹਸਪੀਟਲ ਲਿਜਾਇਆ ਗਿਆ। ਦੇਰ ਰਾਤ 12 ਵਜੇ ਹਾਦਸਾ ਵਾਪਰਿਆ ਤੇ ਇਸ ਦੇ ਨਾਲ ਹੀ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹਸਪੀਟਲ ਜਾ ਕੇ ਇਸ ਸੇਵਾਦਾਰ ਦਾ ਹਾਲ ਚਾਲ ਜਾਣਿਆ। ਸੇਵਾਦਾਰ ਬਲਬੀਰ ਸਿੰਘ ਦੀ ਜਲਦ ਸਿਹਤ ਯਾਬੀ ਦੀ ਵੀ ਅਰਦਾਸ ਕੀਤੀ ਹੈ। ਦੱਸਦੀ ਹੈ ਕਿ ਦਰਬਾਰ ਸਾਹਿਬ ਦੇ ਵਿੱਚ 24 ਘੰਟੇ ਲੰਗਰ ਚੱਲਦਾ ਹੈ ਤਾਂ ਇਸ ਦੌਰਾਨ ਲੰਗਰ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਸੀ। ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਹਾਦਸਾ ਵਾਪਰ ਗਿਆ। ਅਚਾਨਕ ਜਦੋਂ ਦਾਲ ਬਣਾਈ ਜਾ ਰਹੀ ਸੀ ਵੱਡੇ ਦੇਗੇ ਦੇ ਵਿੱਚ ਤਾਂ ਇਸ ਕੜਾਹੇ ਦੇ ਵਿੱਚ ਸੇਵਾਦਾਰ ਡਿੱਗ ਪਿਆ। ਦਾਲ ਦੇ ਕੜਾਹੇ 'ਚ ਸੇਵਾਦਾਰ ਦੇ ਡਿੱਗਣ ਕਾਰਨ ਉਸਦਾ ਜ਼ਿਆਦਾਤਰ ਹਿੱਸਾ ਸੜ ਗਿਆ, ਜਿਸ ਨੂੰ ਤੁਰੰਤ ਹਸਪੀਟਲ ਲਿਜਾਇਆ ਗਿਆ। ਦੇਰ ਰਾਤ 12 ਵਜੇ ਹਾਦਸਾ ਵਾਪਰਿਆ। ਹਾਲਾਂਕਿ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਸਪੀਟਲ ਪਹੁੰਚੇ ਨੇ ਅਤੇ ਸੇਵਾਦਾਰ ਬਲਬੀਰ ਸਿੰਘ ਦਾ ਹਾਲ ਚਾਲ ਜਾਣਿਆ ਅਤੇ ਉਹਨਾਂ ਦੀ ਸਿਹਤ ਯਾਬੀ ਦੀ ਅਰਦਾਸ ਵੀ ਕੀਤੀ ਹੈ। ਤਿੰਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਇਹ ਹਾਦਸਾ ਵਾਪਰਿਆ ਕਿ ਕਿਵੇਂ ਕੜਾਹੇ ਦੇ ਵਿੱਚ ਇਹ ਸੇਵਾਦਾਰ ਡਿੱਗਿਆ, ਜਿਸ ਦਾ ਸਰੀਰ ਦਾ ਜ਼ਿਆਦਾਤਰ ਹਿੱਸਾ ਸੜ ਗਿਆ ਹੈ, ਸੇਵਾਦਾਰ ਬਲਬੀਰ ਸਿੰਘ। ਅਤੇ ਇੱਕ ਤੀਜੀ ਤਸਵੀਰ ਜਿਸ ਦੇ ਵਿੱਚ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖੁਦ ਹਸਪੀਟਲ ਪਹੁੰਚੇ ਨੇ ਸੇਵਾਦਾਰ ਦਾ ਹਾਲ ਚਾਲ ਜਾਣਨ ਦੇ ਲਈ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਜਲਦ ਠੀਕ ਹੋਣ ਲਈ ਅਰਦਾਸ ਵੀ ਕੀਤੀ ਹੈ। ਤਾਂ ਕੜਾਹੇ ਦੇ ਵਿੱਚ ਇਹ ਅਚਾਨਕ ਸੇਵਾਦਾਰ ਡਿੱਗ ਪਿਆ, ਲੰਗਰ ਹਾਲ ਦੇ ਵਿੱਚ ਇਹ ਹਾਦਸਾ ਵਾਪਰਿਆ, ਸਰੀਰ ਦਾ ਜ਼ਿਆਦਾਤਰ ਹਿੱਸਾ ਸੜ ਗਿਆ ਸੇਵਾਦਾਰ ਬਲਬੀਰ ਸਿੰਘ ਦਾ। ਇਸੇ ਖਬਰ ਤੇ ਹੋਰ ਜਾਣਕਾਰੀ ਲਈ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ। ਰਾਜੀਵ, ਇਹ ਹਾਦਸਾ ਵਾਪਰਿਆ ਲੰਗਰ ਹਾਲ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ, ਹੁਣ ਕਿਸ ਤਰ੍ਹਾਂ ਦੀ ਹਾਲਤ ਦੱਸੀ ਜਾ ਰਹੀ ਹੈ ਬਲਬੀਰ ਸਿੰਘ ਦੀ? ਦੇਖੋ ਰਣਬੀਰ, ਜਿਹੜੀ ਹਾਲਤ ਹੈ ਉਹ ਕਾਫੀ ਗੰਭੀਰ ਹੈ, ਕਿਉਂਕਿ ਜਿਹੜੀ ਲੰਗਰ ਦੇ ਵਿੱਚ ਜਿਹੜੀ ਸਬਜ਼ੀ ਵਰਤਾਈ ਜਾਣੀ ਸੀ ਤਾਂ ਆਲੂਆਂ ਦੀ ਸਬਜ਼ੀ ਬਣ ਰਹੀ ਸੀ ਵੱਡੇ ਕੜਾਏ, ਤੁਸੀਂ ਵੀ ਦੇਖੇ ਹੋਣਗੇ ਜਦੋਂ ਅਸੀਂ ਲੰਗਰ ਹਾਲ ਦੇ ਵਿੱਚ ਜਾਂਦੇ, ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਲੰਗਰ ਜੋ ਹੈ ਉਹ ਪੱਕਦਾ। ਤਾਂ ਉਸ ਦੇ ਵਿੱਚ ਇਹ ਸੇਵਾਦਾਰ ਜਦੋਂ ਡਿੱਗਦਾ ਤਾਂ 90% ਉਸਦਾ ਜਿਹੜਾ ਸਰੀਰ ਦਾ ਹਿੱਸਾ ਹੈ ਉਹ ਉਸਦੇ ਨਾਲ ਝੁਲਸਿਆ ਸੀ, ਤਾਂ ਇਸ ਕਰਕੇ ਹਾਲਤ ਗੰਭੀਰ ਬਣੀ ਹੋਈ ਹੈ। ਪਰ SGPC ਵੱਲੋਂ ਜੋ ਹੈ ਉਸਦਾ ਇਲਾਜ SGPC ਦੇ ਅਧੀਨ ਜੋ ਸ਼੍ਰੀ ਗੁਰੂ ਰਾਮਦਾਸ ਹਸਪੀਟਲ ਹੈ ਉੱਥੇ ਕੀਤਾ ਜਾ ਰਿਹਾ, ਤਾਂ ਹਾਲਤ ਫਿਲਹਾਲ ਉਸਦੀ ਜੋ ਹੈ ਉਹ ਗੰਭੀਰ ਬਣੀ ਹੋਈ ਹੈ। ਤਾਂ ਇਲਾਜ ਜੋ ਹੈ, ਕਿਉਂਕਿ ਸਬਜ਼ੀ ਜਦੋਂ ਬਣ ਰਹੀ ਸੀਗੀ ਆਲੂਆਂ ਦੀ ਸਬਜ਼ੀ ਸੀ ਤਾਂ ਟੈਂਪਰੇਚਰ ਬਹੁਤ ਜ਼ਿਆਦਾ ਹੋਏਗਾ, ਇਹ ਤਾਂ ਠੀਕ ਹੈ, ਪਰ ਇਹ ਹਾਦਸਾ ਵਾਪਰ ਕਿਵੇਂ ਗਿਆ? ਕਿਉਂਕਿ ਕੀ ਉਸਦਾ ਬੈਲੈਂਸ ਵਿਗੜ ਗਿਆ, ਉਹ ਅਚਾਨਕ ਵਿੱਚ ਕਿਵੇਂ ਡਿੱਗ ਪਿਆ ਕੜਾਹੇ ਦੇ, ਇਹ ਵੀ ਸਵਾਲ ਹੈ। ਬਿਲਕੁਲ, ਇਸ ਬਾਰੇ ਜੋ ਹੈ ਉਹਨਾਂ ਦਾ ਕਹਿਣਾ ਸੀ ਅਸੀਂ ਪਤਾ ਕਰ ਰਹੇ ਹਾਂ, ਪਰ ਕਿਉਂਕਿ ਉੱਥੇ ਵੱਡੀ ਤਾਦਾਦ ਦੇ ਵਿੱਚ ਜਦੋਂ ਲੰਗਰ ਪੱਕਦਾ ਹੈ ਬਹੁਤ ਸਾਰੀ ਉੱਥੇ ਪਾਣੀ ਦੀ ਜ਼ਰੂਰਤ ਹੁੰਦੀ ਹੈ, ਹੋਰ ਸਮਾਨ, ਤਾਂ ਇੱਕ ਪਲੇਟਫਾਰਮ ਬਣਿਆ ਹੋਇਆ ਜਿੱਥੇ ਕੜਾਹੇ ਰੱਖੇ ਜਾਂਦੇ ਨੇ ਉਹਦੇ ਬਿਲਕੁਲ ਨਾਲ ਇੱਕ ਲੋਹੇ ਦਾ ਪਲੇਟਫਾਰਮ ਬਣਿਆ, ਤਾਂ ਉੱਥੇ ਕਈ ਵਾਰ ਜੋ ਹੈ ਪੈਰ, ਕਿਉਂਕਿ ਪਾਣੀ ਵੀ ਲਗਾਤਾਰ ਜੋ ਉੱਥੇ ਛਿੜਕਿਆ ਜਾਂਦਾ, ਸਫਾਈ ਦੀ ਜਿਹੜਾ ਧਿਆਨ ਰੱਖਿਆ ਜਾਂਦਾ, ਤਾਂ ਉਸੇ ਕਰਕੇ ਹੋ ਸਕਦਾ ਕਿ ਉਸਦਾ ਜਿਹੜਾ ਪੈਰ ਤਿਲਕਣ ਕਰਕੇ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਹ ਬਜ਼ੁਰਗ ਜਿਹੜਾ ਉਹ ਸੇਵਾ ਕਰ ਰਿਹਾ ਸੀ, ਕੋਈ ਇਹ ਤਾਂ ਹੈ ਨਹੀਂ ਕਿ ਪਹਿਲੇ ਦਿਨ ਉਹ ਸੇਵਾ ਦੇ ਵਿੱਚ ਪਹੁੰਚਿਆ ਸੀ, ਤਾਂ ਇਸ ਕਰਕੇ ਇਹ ਬਹੁਤ ਮੰਦਭਾਗਾ ਹਾਦਸਾ ਜਿਹੜਾ ਉਹ ਵਾਪਰਿਆ। ਪਰ ਹੁਣ ਕੋਸ਼ਿਸ਼ ਇਹੀ ਕੀਤੀ ਜਾ ਰਹੀ ਕਿ ਉਸਦਾ ਜਿਹੜਾ ਇਲਾਜ ਹੈ ਉਹ ਸਹੀ ਢੰਗ ਦੇ ਨਾਲ ਕਰਕੇ ਉਸਦੀ ਜਿਹੜੀ ਜ਼ਿੰਦਗੀ ਹੈ ਉਹ ਬਚਾਈ ਜਾਵੇ, ਪਰ ਫਿਲਹਾਲ ਅਸੀਂ ਕਹਿ ਸਕਦੇ ਕਿ ਹਾਲਤ ਜਿਹੜੀ ਗੰਭੀਰ ਹੋਣ ਕਰਕੇ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਲਗਾਤਾਰ ਜੋ ਹੈ ਇਲਾਜ ਕਰਕੇ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਬਹੁਤ ਧੰਨਵਾਦ ਰਾਜੀਵ ਇਸ ਪੂਰੀ ਜਾਣਕਾਰੀ ਦੇਣ ਦੇ ਲਈ। ਤਾਂ ਬਲਬੀਰ ਸਿੰਘ ਸੇਵਾਦਾਰ ਜੋ ਲੰਗਰ ਹਾਲ ਦੇ ਵਿੱਚ ਸੇਵਾ ਕਰ ਰਿਹਾ ਸੀ, ਅਚਾਨਕ ਉਸਦਾ ਬੈਲੈਂਸ ਵਿਗੜ ਗਿਆ, ਇਮਬੈਲੈਂਸ ਹੋ ਗਿਆ ਤੇ ਉਹ ਕੜਾਹੇ ਦੇ ਵਿੱਚ ਡਿੱਗ ਪਿਆ।
ਆਲੂਆਂ ਦੀ ਸਬਜ਼ੀ ਬਣਾਈ ਜਾ ਰਹੀ ਸੀ, ਤਾਪਮਾਨ ਉਸਦਾ ਬਹੁਤ ਜ਼ਿਆਦਾ ਸੀ, ਟੈਂਪਰੇਚਰ ਬਹੁਤ ਜ਼ਿਆਦਾ ਸੀ, ਇਸ ਕਰਕੇ ਜਦੋਂ ਬਲਬੀਰ ਸਿੰਘ ਡਿੱਗਿਆ ਤਾਂ ਉਸਦਾ ਸਰੀਰ ਦਾ ਕਾਫ਼ੀ ਹਿੱਸਾ ਝੁਲਸ ਗਿਆ, ਕਾਫ਼ੀ ਹਿੱਸਾ ਸੜ ਗਿਆ, ਹਾਲਾਂਕਿ ਤੁਰੰਤ ਹੋਸਪਿਟਲ ਲਿਜਾਇਆ ਗਿਆ। ਦਰਅਸਲ ਦਰਬਾਰ ਸਾਹਿਬ ਦੇ ਵਿੱਚ ਇੱਕ ਤਸਵੀਰ ਵੀ ਤੁਹਾਨੂੰ ਦਿਖਾ ਰਿਹਾ ਕਿ ਬਹੁਤ ਵੱਡੇ ਵੱਡੇ ਕੜਾਹੇ ਨੇ ਜਿਨ੍ਹਾਂ ਦੇ ਵਿੱਚ ਲੰਗਰ ਪਕਾਇਆ ਜਾਂਦਾ ਹੈ, ਦਾਲ ਬਣਾਈ ਜਾਂਦੀ ਹੈ, ਸਬਜ਼ੀ ਬਣਾਈ ਜਾਂਦੀ ਹੈ, ਤਾਂ ਬਹੁਤ ਵੱਡੇ ਕੜਾਹੇ ਹੁੰਦੇ ਨੇ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਸ਼ਰਧਾਲੂ ਪਹੁੰਚਦੇ ਨੇ ਸ਼੍ਰੀ ਦਰਬਾਰ ਸਾਹਿਬ, ਜਿਨ੍ਹਾਂ ਦੇ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ, ਸੇਵਾਦਾਰ ਸੇਵਾ ਕਰਦੇ ਨੇ। ਬਲਬੀਰ ਸਿੰਘ ਵੀ ਇੱਥੇ ਹੀ ਸੇਵਾ ਕਰਦਾ ਸੀ ਅਤੇ ਅਚਾਨਕ ਇਹ ਹਾਦਸਾ ਵਾਪਰ ਗਿਆ। ਦੇਰ ਰਾਤ ਜਦੋਂ ਸਬਜ਼ੀ ਬਣਾਈ ਜਾ ਰਹੀ ਸੀ ਤਾਂ ਅਚਾਨਕ ਬਲਬੀਰ ਸਿੰਘ ਇਸ ਕੜਾਹੇ ਦੇ ਵਿੱਚ ਡਿੱਗ ਪਿਆ, ਹਾਲਾਂਕਿ ਤੁਰੰਤ ਹੋਸਪਿਟਲ ਲਿਜਾਇਆ ਗਿਆ ਪਰ ਇਲਾਜ ਕੀਤਾ ਜਾ ਰਿਹਾ, ਜਿੱਥੇ ਹਾਲਤ ਗੰਭੀਰ ਬਣੀ ਹੋਈ ਹੈ। ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਨੇ, ਹਾਲ ਚਾਲ ਜਾਣਿਆ ਅਤੇ ਸਿਹਤ ਜਾਬੀ ਲਈ ਵੀ ਅਰਦਾਸ ਕੀਤੀ। ਇਸ ਰਾਤ ਤੋਂ ਪਿਛਲੀ ਰਾਤ ਇੱਕ ਸਾਡਾ ਸੇਵਾਦਾਰ ਸੀ ਜਿਹਦਾ ਪੈਰ ਤਿਲਕਣ ਕਰਕੇ ਉਹ ਕੜਾਹੇ ਦੇ ਵਿੱਚ ਜਾ ਡਿੱਗਿਆ, ਜਿਹਦੇ ਨਾਲ ਉਹਦੇ ਬਹੁਤ ਸਾਰੇ ਜਿਹੜੀਆਂ ਬਰਨ ਇੰਜਰੀਜ਼ ਹੋ ਗਈਆਂ, ਉਹ ਇਸ ਹੋਸਪਿਟਲ 'ਚ ਦਾਖਲ ਆ। ਔਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਕੇ ਉਹਦਾ ਸਾਰਾ ਜਿੰਨਾ ਵੀ ਇਲਾਜ ਆ ਉਹ ਡਾਕਟਰ ਏ ਪੀ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਪ੍ਰੈਵਲੈਂਟ ਤੌਰ 'ਤੇ ਹੁਣ ਜਿਹੜਾ ਹੈਗਾ ਇਲਾਜ ਉਹਦਾ ਕੀਤਾ ਜਾਵੇ ਤਾਂ ਕਿ ਉਹਦੀ ਜਿਹੜੀ ਆ ਸਿਹਤ ਜਾਬੀ ਹੋ ਸਕੇ।